ਦੀ ਵੀਜ਼ੇ ਦੀ ਲੇਟੈਸਟ ਅਪਡੇਟਸ ਲੈ ਕੇ। ਸੋ ਅੱਜ ਆਪਾਂ ਗੱਲ ਕਰਾਂਗੇ ਯੂਐਸਏ ਦਾ ਹੁਣ ਜਿਹੜਾ ਟ੍ਰੈਂਡ ਹੈਗਾ ਆਉਣ ਵਾਲਾ ਟਾਈਮ, ਕਿਉਂਕਿ ਟ੍ਰੈਂਡ ਜਿਹੜਾ ਹੈਗਾ ਉਹ ਐਕਸਪੀਰੀਅੰਸਿਸ ਦੇ ਨਾਲ ਔਰ ਵੀਜ਼ਾ ਸਕਸੈਸ ਰੇਟਸ ਦੇ ਨਾਲ ਚੇਂਜ ਹੁੰਦਾ ਹੈ। ਤਾਂ ਹੁਣ ਆਉਣ ਵਾਲਾ ਟਾਈਮ ਆਪਾਂ ਕਹਿ ਸਕਦੇ ਯੂਐਸਏ ਦਾ ਹੈਗਾ, ਕਿਉਂਕਿ ਯੂਐਸਏ ਕਾਫੀ ਟਾਈਮ ਤੋਂ ਬਹੁਤ ਲਿਮਿਟਿਡ ਸਲੋਟਸ ਮਿਲ ਰਹੇ ਸੀਗੇ, ਸਲੋਟਸ ਓਪਨ ਹੋ ਗਏ ਆ ਔਰ ਕੁਛ ਸਟੂਡੈਂਟਸ ਦੀ ਪਰਟੀਕੁਲਰ ਡੈਸਟੀਨੇਸ਼ਨ ਹੀ ਯੂਐਸਏ ਹੁੰਦੀ ਆ ਔਰ ਉਹ ਵੇਟ ਕਰ ਰਹੇ ਸੀ। ਐਂਡ ਸਮ ਸਟੂਡੈਂਟਸ ਦਾ ਇਹ ਵੀ ਹੁੰਦਾ ਉਹਨਾਂ ਦਾ ਬਜਟ ਦਾ ਔਰ ਰਿਸਕ ਫੈਕਟਰ 'ਤੇ ਨਹੀਂ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹੁਣ ਕਰਨਾ ਚਾਹੁੰਦੇ ਹੁੰਦੇ, ਤਾਂ ਯੂਐਸਏ ਇੱਕ ਬੈਸਟ ਆਪਸ਼ਨ ਹੈਗੀ ਆ ਜਿਹਦੇ 'ਤੇ ਤੁਹਾਨੂੰ ਟਿਊਸ਼ਨ ਫੀਸ ਜਿਹੜੀ ਹੈਗੀ ਆ ਉਹ ਆਫਟਰ ਵੀਜ਼ਾ ਦੇਣੀ ਪੈਣੀ ਆ। ਹੁਣ ਮੈਂ ਅੱਜ ਇਸ ਵੀਡੀਓ ਦਾ ਮੇਰਾ ਮੇਨ ਮੋਟਿਵ ਇਸੇ ਲਈ ਸੀਗਾ ਵੀਡੀਓ ਕਰਨ ਦਾ, ਕਿਉਂਕਿ ਹੁਣ ਸਟੂਡੈਂਟਸ ਜਿਹੜਾ ਯੂਐਸਏ ਲਈ ਰੈਡੀ ਸੀਗਾ ਉਹ ਅਪਲਾਈ ਕਰ ਰਿਹਾ ਵਾ। ਹੁਣ ਨੈਕਸਟ ਸਭ ਤੋਂ ਮੇਨ ਕੁਐਸਚਨ ਸਟੂਡੈਂਟਸ ਦਾ ਆਉਣਾ ਬਜਟ ਦਾ। ਨੋ ਡਾਊਟ ਸਟੂਡੈਂਟਸ ਅਵੇਅਰ ਹੈ ਚੀਜ਼ ਦਾ ਲਈ, ਬਟ ਸਟਿਲ ਫੇ ਵੀ ਮੈਂ ਵੀਡੀਓ ਦੇ ਥਰੂ ਤੁਹਾਨੂੰ ਅੱਜ ਬਜਟ ਦੱਸਦੀ ਹਾਂ ਯੂਐਸਏ ਦਾ ਕੀ ਹੈਗਾ ਵਾ। ਯੂਐਸਏ ਦੇ ਵਿੱਚ ਕੀ ਹੁੰਦਾ ਵਾ ਕਿ ਪਹਿਲੇ ਬਹੁਤ ਹੀ ਨੋਰਮਲ ਚਾਰਜਿਸ ਤੁਹਾਨੂੰ ਖਰਚਣੇ ਪੈਂਦੇ ਆ। ਸਭ ਤੋਂ ਪਹਿਲੇ ਅਸੀਂ I-20 ਅਪਲਾਈ ਕਰਦੇ ਹਾਂ, ਜਿਹੜਾ I-20 ਜਿਹਨੂੰ ਆਪਾਂ ਆਫਰ ਲੈਟਰ ਕਹਿ ਦਿੰਦੇ ਹਾਂ, ਉਹ ਕੁਛ ਕਾਲਜਿਸ ਦੀ ਤਾਂ ਜਿਹੜੀ ਆਫਰ ਲੈਟਰ ਹੁੰਦੀ ਆ ਉਹ ਫਰੀ ਆਫ ਕੋਸਟ ਹੁੰਦੀ ਆ, ਬਟ ਸਮ ਕਾਲਜਿਸ ਦੀ 5,000, 10,000 $100 ਇੱਦਾਂ ਪੇ ਕਰਨੇ ਪੈਂਦੇ ਆ। ਇਟਸ ਡਿਪੈਂਡ ਅਪੋਨ ਯੂਨੀਵਰਸਿਟੀ ਟੂ ਯੂਨੀਵਰਸਿਟੀ। ਸੋ ਇਹ ਤਾਂ ਤੁਸੀਂ ਆਪਣਾ ਹੱਥ ਤੁਸੀਂ 10 ਤੋਂ 15-20 ਹਜ਼ਾਰ ਦਾ ਖਰਚਾ ਤੁਸੀਂ ਇਹ ਲਗਾ ਸਕਦੇ ਹੋ, ਬਟ ਇਟਸ ਡਿਪੈਂਡ ਅਪੋਨ ਕਿ ਤੁਸੀਂ ਕਿਹੜੀ ਯੂਨੀਵਰਸਿਟੀ ਕਰਦੇ ਆ। ਆਫਟਰ ਦੈਟ ਜਿਹੜਾ ਤੁਹਾਡਾ ਮੇਨ ਖਰਚਾ ਆਉਂਦਾ ਉਹ ਸੈਵਿਸ ਅਕਾਊਂਟ ਦਾ ਆਉਂਦਾ ਹੈ ਔਰ ਅੰਬੈਸੀ ਫੀਸ ਦਾ ਆਉਂਦਾ ਹੈ। ਰਾਊਂਡ ਅਬਾਊਟ $520 ਲਗਾ ਕੇ ਚੱਲੋ, ਤਾਂ ਇੰਡੀਅਨ ਕਰੰਸੀ ਦੀ ਅਗਰ ਆਪਾਂ ਗੱਲ ਕਰੀਏ ਤਾਂ ਤੁਹਾਡਾ 40-45 ਹਜ਼ਾਰ ਰੁਪਏ ਇਸ ਚੀਜ਼ ਦੇ ਵਿੱਚ ਲੱਗਦਾ ਵਾ। ਸੋ ਆਲ ਓਵਰ ਆਪਾਂ ਗੱਲ ਕਰੀਏ ਤਾਂ ਸਾਡਾ 50-55-60 ਥਾਊਜ਼ੰਡ ਤੱਕ ਦਾ ਖਰਚਾ ਹੁੰਦਾ। ਸੋ ਇਹਦੇ ਵਿੱਚ ਕੀ ਹੈਗਾ ਵਾ ਕਿ ਤੁਹਾਨੂੰ ਜਿਹੜੀ ਟਿਊਸ਼ਨ ਫੀਸ ਆ, ਟਿਊਸ਼ਨ ਫੀਸ ਜਿਹੜੀ ਹੈਗੀ ਇਟਸ ਡਿਪੈਂਡ ਅਪੋਨ ਕਿ ਤੁਸੀਂ ਐਸੋਸੀਏਟ ਡਿਗਰੀ ਕਰਨ ਜਾ ਰਹੇ ਹੋ ਜਾਂ ਡਿਗਰੀ ਕਰਨ ਜਾ ਰਹੇ ਹੋ। ਐਸੋਸੀਏਟ ਡਿਗਰੀ ਡਿਪਲੋਮਾ ਨੂੰ ਆਪਾਂ ਕਹਿ ਦਿੰਦੇ ਹਾਂ, ਤਾਂ ਉਹ ਫੀਸ ਜਿਹੜੀ ਹੈਗੀ ਆ ਤੁਸੀਂ 15-20 ਹਜ਼ਾਰ $ ਲੈ ਕੇ ਚੱਲੋ ਔਰ ਇੰਡੀਆ ਦਾ ਅਗਰ ਆਪਾਂ ਲਾਈਏ ਤਾਂ 10 ਤੋਂ 15 ਲੱਖ ਰੁਪਇਆ ਲਾ ਕੇ ਚੱਲੋ। ਬਟ ਇਹਦੇ ਵਿੱਚ ਇੱਕ ਪਲੱਸ ਪੁਆਇੰਟ ਕੀ ਹੈਗਾ ਵਾ ਕਿ ਜਿਹੜਾ ਤੁਹਾਨੂੰ ਆਪਣੀ ਫੀਸ ਹੈਗੀ ਉਹ ਵੀਜ਼ਾ ਗ੍ਰਾਂਟ ਹੋਣ ਤੋਂ ਬਾਅਦ ਦੇਣੀ ਆ, ਐਂਡ ਤੁਸੀਂ 6 ਮੰਥ ਦੀ ਫੀਸ ਵੀ ਦੇ ਕੇ ਜਾ ਸਕਦੇ ਹੋ, ਕੋਈ ਪਰਮਾਨੈਂਟ ਇਹ ਨਹੀਂ ਆ ਕਿ ਫੁੱਲ ਫੀਸ ਹੀ ਦੇਣੀ ਆ। ਸੋ ਬਹੁਤ ਹੀ ਅੱਛਾ ਬੈਨੀਫਿਟ ਆ, ਔਨ ਸਪੋਟ ਡਿਸੀਜਨ ਹੈਗਾ ਵਾ, ਇੰਟਰਵਿਊ ਬੇਸਡ ਵੀਜ਼ਾ ਹੈਗਾ ਵਾ। ਜਿਹੜੇ ਸਟੂਡੈਂਟਸ ਵਿਦਆਊਟ ਆਇਲਸ ਹੈਗੇ ਆ, ਗੈਪ ਹੈਗਾ ਵਾ, ਬਟ ਇੰਗਲਿਸ਼ ਦੇ ਸਕਿੱਲਸ ਅੱਛੇ ਹੈਗੇ ਆ, ਉਹ ਇੰਟਰਵਿਊ ਈਜ਼ੀਲੀ ਜਿਹੜੀ ਹੈਗੀ ਆ ਕਰੈਕ ਕਰ ਲੈਂਦੇ ਆ। ਐਂਡ ਮੋਰ ਓਵਰ ਅਸ ਯੂਐਸਏ ਨੇ ਹੁਣ ਆਉਣ ਵਾਲੇ ਟਾਈਮ 'ਚ 10 ਲੈਕ ਵੀਜ਼ਾਸ ਦੇਣੇ ਆ, ਜਿਹਦੇ ਵਿੱਚੋਂ ਸਭ ਤੋਂ ਜ਼ਿਆਦਾ ਜਿਹੜਾ ਰੇਸ਼ੋ ਹੋਏਗਾ ਉਹ ਸਟੱਡੀ ਵੀਜ਼ੇ ਲਈ ਹੋਏਗਾ। ਸੋ ਅਪੋਇੰਟਮੈਂਟਸ ਓਪਨ ਹੈਗੀਆਂ ਵਾ, ਤੁਸੀਂ ਆਪਣਾ ਅਗਸਤ ਸਪਟੈਂਬਰ ਦਾ ਇਨਟੇਕ ਕਰ ਸਕਦੇ ਹੋ, ਬੇਝਿਜਕ ਹੋ ਕੇ ਆਪਣਾ ਹੁਣ ਅਪਲਾਈ ਕਰੋ, ਅਸੈਸਮੈਂਟ ਲਈ ਸਾਡੀ ਟੀਮ ਦੇ ਨਾਲ ਲਿੰਕ ਕਰੋ। ਔਰ ਮੋਰ ਓਵਰ ਯੂਐਸਏ ਦਾ ਜਿਹੜਾ ਸਾਡੇ ਨਾਲ ਅਗਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਨਾ ਪੈਕੇਜ ਫੈਸਿਲਿਟੀ ਵੀ ਪ੍ਰੋਵਾਈਡ ਕਰਵਾਵਾਂਗੇ। ਸੋ ਬੁੱਕ ਯੂਰ ਕਾਲ ਐਟ 90410-90410। 3 ਬ੍ਰਾਂਚਿਸ ਹੈਗੀਆਂ ਵਾ, ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਔਰ ਔਨਲਾਈਨ ਫੈਸਿਲਿਟੀ ਵੀ ਹੈਗੀ ਆ। ਸੋ ਜੋ ਵੀ ਬ੍ਰਾਂਚ ਤੁਹਾਨੂੰ ਨੀਅਰ ਪੈਂਦੀ ਆ ਤੁਸੀਂ ਸਾਡੇ ਹੈਲਪਲਾਈਨ 'ਤੇ ਕਾਲ ਕਰਕੇ ਆਪਣੀ ਅਪੋਇੰਟਮੈਂਟ ਬੁੱਕ ਕਰਵਾ ਸਕਦੇ ਹੋ। ਸਤਿ ਸ਼੍ਰੀ ਅਕਾਲ।